ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਤੇ YouTube ਫਾਰਮਰ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਗੱਲ ਕਰਾਂਗੇ ਆਪਾਂ ਬਾਸਮਤੀ ਕਿਸਮ ਬਾਰੇ 111 ਤੇ 17 18 ਬਾਰੇ ਕਿ ਇਹਦੇ ਭਾਅ ਵਿੱਚ ਕਿਹੜੀ ਕਿਸਮ ਵਿੱਚ ਤੇਜ਼ੀ ਆ ਰਹੀ ਹੈ ਤੇ ਕਿਹੜੀ ਕਿਸਮ ਇਸ ਵੇਲੇ ਮੰਦੇ ਵਿੱਚ ਜਾ ਰਹੀ ਹੈ ਨਾਲ ਗੱਲ 1509 ਦੀ ਵੀ ਕਰ ਦਵਾਂਗੇ। ਕਿਉਂਕਿ ਇਸ ਵੇਲੇ ਸਾਲ ਜਿਹੜੇ ਕਿਸਾਨਾਂ ਨੇ ਬਾਸਮਤੀ ਝੋਨੇ ਦੀ ਕਾਸ਼ਤ ਕੀਤੀ ਹੈ ਤਾਂ ਉਹ ਇਸ ਵੇਲੇ ਕਾਫੀ ਚਿੰਤਤ ਅਤੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਬਾਸਮਤੀ ਕਿਸਮ ਦਾ ਝਾੜ ਵੀ ਕੋਈ ਜ਼ਿਆਦਾ ਨਹੀਂ ਮਿਲ ਰਿਹਾ ਤੇ ਉਸ ਦੇ ਉਲਟ ਰੇਟ ਵੀ ਇਸ ਸਾਲ ਕਾਫੀ ਮੰਦੇ ਵਿੱਚ ਜਾ ਰਿਹਾ ਹੈ। ਸੋ ਜਿਸ ਕਰਕੇ ਆਮ ਮਲੇ ਚ ਉਹਨੀਆਂ ਦੀਆਂ ਵੈਰਟੀਆਂ ਦੇ ਨਾਲੋਂ ਬਾਸਮਤੀ ਇਸ ਸਾਲ ਥੱਲੇ ਜਾ ਰਹੀ ਹੈ। ਸੋ ਗੱਲ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਤੇਜ਼ੀ ਆਉਣ ਦੇ ਅਸਾਰ ਹਨ ਬਾਸਮਤੀ ਵਿੱਚ ਜਾਂ ਨਹੀਂ ਤੇ ਕਿਹੜੀ ਕਿਸਮ ਵਿੱਚ ਤੇਜ਼ੀ ਆ ਰਹੀ ਹੈ। ਤੇ ਪਹਿਲਾਂ ਆਪਾਂ 1509 ਦੀ ਗੱਲ ਕਰਦੇ ਹਾਂ 1509 ਦਾ ਸੀਜ਼ਨ ਲਗਭਗ ਖਤਮ ਹੋਣ ਵਾਲਾ ਹੈ। ਅਗੇਤੀ ਕਿਸਮਾਂ ਅਗੇਤੀ ਸਮੇਂ ਦੀ ਜੋ ਸਭ ਤੋਂ ਪਹਿਲਾ 1509 ਹੀ ਮੰਡੀਆਂ ਵਿੱਚ ਆਉਂਦੀ ਹੈ ਤਾਂ ਉਦੋਂ ਤੋਂ ਹੀ 1509 ਪਿੱਟ ਰਹੀ ਹੈ ਤੇ ਹੁਣ ਤੱਕ ਭਾ 18-1900 ਦੇ ਲਗਭਗ ਹੀ ਬਣੇ ਹੋਏ ਹਨ ਕੁਝ ਮੰਡੀਆਂ ਵਿੱਚ 2000 ਤੱਕ ਭਾ ਗਏ ਹਨ ਪਰ ਜ਼ਿਆਦਾਤਰ ਭਾ 1800 ਤੋਂ ਲੈ ਕੇ 1900 ਤੱਕ ਬਣੇ ਹੋਏ ਨੇ ਪਰ ਆਉਣ ਵਾਲੇ ਸਮੇਂ ਵਿੱਚ ਇਸ ਦੇ ਭਾਅ ਵਧਣ ਦੇ ਅਸਾਰ ਨਹੀਂ ਹਨ ਕਿਉਂਕਿ ਇਸ ਵੇਲੇ ਹੁਣ 11 21 17 18 ਤੇ ਹੋਰ ਬਾਸਮਤੀ ਕਿਸਮਾਂ ਦੇ ਆਮਦ ਮੰਡੀਆਂ ਵਿੱਚ ਵੱਡੇ ਪੱਧਰ ਉਪਰ ਸ਼ੁਰੂ ਹੋ ਚੁੱਕੀ ਹੈ ਤੇ ਇਸ ਦੇ ਚੱਲਦੇ ਆਪਾਂ ਨੂੰ 11 21 ਦੇ ਵਿੱਚ ਹਲਕੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ 11 21 ਦੇ ਭਾਅ ਜੋ ਪਿਛਲੇ ਦਿਨੀ 24 2500 ਤੱਕ ਬਣੇ ਹੋਏ ਸਨ ਤਾਂ ਹੁਣ 2600 ਤੋਂ ਪਾਰ ਹੋ ਕੇ 2700 ਦੇ ਕਰੀਬ ਜਾ ਚੁੱਕੇ ਨੇ ਕਈ ਮੰਡੀਆਂ ਦੇ ਵਿੱਚ ਤੇ ਅਸਾਰ ਵੀ ਇਹੀ ਦੇਖ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਆਪਾਂ ਨੂੰ 100 200 ਦੀ ਤੇਜ਼ੀ ਬਾਸਮਤੀ 11 21 ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਜੇਕਰ 17 18 ਦੀ ਗੱਲ ਕਰੀ ਤਾਂ 17 18 ਕਿਸਮ ਇਸ ਵੇਲੇ ਬਾਸਮਤੀ ਨਾਲੋਂ 100 ਤੋਂ 200 ਰੁਪਏ ਥੱਲੇ ਚੱਲ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ 11 21 ਨਾਲੋਂ ਥੱਲੇ ਰਹਿਣ ਦੇ ਹੀ आसार ਹਨ ਤੇ ਇਸ ਦੇ ਜੋ ਭਾਅ ਹੋਣਗੇ ਉਹ ਬਾਸਮਤੀ ਦੇ ਨਾਲੋਂ 100 ਤੋਂ ਲੈ ਕੇ 200 ਰੁਪਏ ਤੱਕ ਮੰਡੀਆਂ ਵਿੱਚ ਘੱਟ ਦੇਖਣ ਨੂੰ ਮਿਲਣਗੇ ਤੇ ਜੇਕਰ 1401 ਦੀ ਗੱਲ ਕਰੀ ਤਾਂ 1401 ਲਗਭਗ 2800 ਦੇ ਕਰੀਬ ਵਿਕ ਰਹੀ ਹੈ ਕਈ ਮੰਡੀਆਂ ਵਿੱਚ 2800 ਤੋਂ ਰੇਟ ਜ਼ਿਆਦਾ ਹੈ ਤੇ ਕੁਝ ਵਿੱਚ 2800 ਤੋਂ ਘੱਟ ਹੈ ਜੀ ਹੁਣ ਗੱਲ ਕਰੀਏ ਕਿ ਆਪਾਂ ਨੂੰ 11 21 ਬਾਸਮਤੀ ਘਰ ਵਿੱਚ ਸਟੋਰ ਕਰਕੇ ਰੱਖਣੀ ਚਾਹੀਦੀ ਹੈ ਜਾਂ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਇਹਦੇ ਭਾਅ ਬਹੁਤ ਜ਼ਿਆਦਾ ਵੱਧ ਸਕਦੇ ਨੇ ਤਾਂ ਉਸ ਦੇ ਸਬੰਧੀ ਜੋ ਵਪਾਰੀ ਵਰਗ ਨੇ ਕਿਹਾ ਹੈ ਕਿ ਲਗਭਗ ਹਲੇ ਕੋਈ ਅਸਾਰ ਵਧਣ ਦੇ ਅਸਾਰ ਨਹੀਂ ਹਨ ਕਿ ਕੋਈ ਜ਼ਿਆਦਾ ਭਾਅ ਨਹੀਂ ਵਧ ਗਿਆ ਹਲਕੀ 200 ਤੋਂ ਲੈ ਕੇ 300 ਤੱਕ ਦੀ ਤੇਜ਼ੀ ਆ ਸਕਦੀ ਹੈ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ 3000 ਦੇ ਕਰੀਬ ਭਾਅ ਬਾਸਮਤੀ ਦਾ ਜਾ ਸਕਦਾ ਹੈ ਸੋ ਜਿਹੇ ਵਿੱਚ ਇਹ ਕਿਸਾਨਾਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ 11 21 ਨੂੰ ਸਟੋਰ ਕਰਨਾ ਚਾਹੁੰਦੇ ਹਨ ਜਾਂ ਨਹੀਂ ਕਿਉਂਕਿ ਇਹ ਇੱਕ ਤਰ੍ਹਾਂ ਦਾ ਰਿਸਕੀ ਕੰਮ ਹੈ ਕਿਉਂਕਿ ਕੀ ਸਰਕਾਰਾਂ ਦਾ ਆਪ ਨੂੰ ਪਤਾ ਹੈ ਇਹਨਾਂ ਦਾ ਕੋਈ ਪਤਾ ਨਹੀਂ ਕਿ ਕਦੋਂ ਕਹੇ ਨਾ ਵਪਾਰ ਬੰਦ ਹੋ ਗਿਆ ਜਾਂ ਬਾਸਮਤੀ ਦਾ ਨਰਜਾਤ ਨਹੀਂ ਹੋ ਰਿਹਾ ਆ ਮੁਸ਼ਕਿਲ ਆ ਗਈ ਉਹ ਮੁਸ਼ਕਿਲ ਆ ਗਈ ਤਾਂ ਜੇ ਇਹ ਵਿੱਚ ਕਿਸਾਨ ਹੋਰ ਵੀ ਜਿਆਦਾ ਕਹਿ ਸਕਦਾ ਭਗਾਟੇ ਵਿੱਚ ਜਾ ਸਕਦੇ ਨੇ ਸੋ ਸਾਰੀ ਦੀ ਸਾਰੀ ਫਸਲ ਨੂੰ ਸਟੋਰ ਕਰਨ ਦੀ ਬਜਾਏ ਕਿਸਾਨ ਕੁਝ ਫਸਲ ਨੂੰ ਹੁਣ ਵੇਚ ਸਕਦੇ ਨੇ ਜੋ ਭਾਅ ਹਨ ਤੇ ਥੋੜੀ ਫਸਲ ਸਟੋਰ ਕਰਕੇ ਰੱਖ ਸਕਦੇ ਹਨ ਕਿਉਂਕਿ ਜੇਕਰ ਆਉਂਸ ਵਾਲੇ ਸਮੇਂ ਵਿੱਚ ਰੇਟ ਘਟ ਵੀ ਜਾਂਦਾ ਹੈ ਤਾਂ ਉਹਨਾਂ ਨੂੰ ਜਿਆਦਾ ਘਾਟਾ ਨਾ ਪਵੇ ਤੇ ਜਿਸ ਹਿਸਾਬ ਨਾਲ ਆਪਾਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ 11-21 ਦੇ ਵਿੱਚ ਹਲਕੀ-ਹਲਕੀ ਤੇਜ਼ੀ ਲਗਾਤਾਰ ਆ ਰਹੀ ਹੈ ਤਾਂ ਅਜਿਹੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਆਉਣ ਵਾਲੇ ਲਗਭਗ 5-7-10 ਦਿਨਾਂ ਦੇ ਲਈ ਫਸਲ ਨੂੰ ਰੋਕ ਕੇ ਆਉਣ ਵਾਲੇ ਦਿਨਾਂ ਵਿੱਚ ਵੇਚ ਸਕਦੇ ਹਾਂ ਤੇ ਉਸ ਦੇ ਵਿੱਚ ਆਪਾਂ ਨੂੰ 100 ਤੋਂ ਲੈ ਕੇ 200 ਰੁਪਏ ਦੀ ਤੇਜ਼ੀ ਹੋਰ ਦੇਖਣ ਨੂੰ ਮਿਲ ਸਕਦੀ ਹੈ ਪਰ ਆਪਾਂ ਵਿਅਕਤੀਗਤ ਰੂਪ ਤੇ ਕਿਸੇ ਵੀ ਕਿਸਾਨ ਵੀਰ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਫਸਲ ਨੂੰ ਸਟੋਰ ਕਰੋ ਕਿਉਂਕਿ ਇਸ ਦੇ ਭਾਅ ਦੇ ਸੰਬੰਧੀ ਹਾਲੇ ਕੋਈ ਵੀ ਪੱਕਾ ਇਹ ਨਹੀਂ ਹੋਇਆ ਹੈ ਕਿ ਰੇਟ ਵਧਣਗੇ ਹੀ ਜਾਂ ਘਟਣਗੇ ਸੋ ਅਜਿਹੇ ਵਿੱਚ ਕਿਸਾਨ ਆਪਣੀ ਸਮਰੱਥਾ ਦੇ ਉਸ ਦੇ ਹਿਸਾਬ ਨਾਲ ਇਹ ਫੈਸਲਾ ਲੈ ਸਕਦੇ ਨੇ ਕਿ ਉਹਨਾਂ ਨੂੰ ਫਸਲ ਸਟੋਰ ਕਰਨੀ ਚਾਹੀਦੀ ਹੈ ਜਾਂ ਫਿਰ ਹੁਣ ਜੋ ਭਾਅ ਬਣੇ ਹੋਏ ਹਨ ਉਹਨਾਂ ਦੇ ਅਕੋਰਡਿੰਗ ਹੀ ਵੇਚ ਦੇਣੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਖਰਚਾ ਪੱਤਾ ਤਾਂ ਵਧੀਆ ਨਿਕਲ ਰਿਹਾ ਹੈ ਹਾਲਾਂਕਿ ਕੋਈ ਜ਼ਿਆਦਾ ਮੁਨਾਫਾ ਨਹੀਂ ਹੋ ਰਿਹਾ ਪਰ ਆਉਣ ਵਾਲੇ ਸਮੇਂ ਦੇ ਭਾਅ ਦਾ ਵੀ ਕੋਈ ਆਪਾਂ ਨੂੰ ਪੱਕਾ ਮਾਲੂਮ ਨਹੀਂ ਹੈ ਤੇ ਬਾਕੀ ਸਮੇਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਵੀ ਇਹਦੀ ਅਪਡੇਟ ਆਉਂਦੀ ਰਹੇਗੀ ਭਾਅ ਦੇ ਬਾਰੇ ਆਪਾਂ ਸਮੇਂ ਦੇ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੇ ਇਹੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਜਿਆਦਾ ਤੋਂ ਜਿਆਦਾ ਚੰਗਾ ਲਾਭ ਮਿਲ ਸਕੇ ਤਾਂ ਜੋ ਆਪਾਂ ਮੰਡੀ ਦੀ ਭਾਅ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਨੇ ਕਿ ਵੱਖ-ਵੱਖ ਮੰਡੀਆਂ ਦੇ ਅਕੋਰਡਿੰਗ ਰੇਟ ਤੁਹਾਨੂੰ ਪਤਾ ਚਲਦੇ ਰਹਿਣ ਤੇ ਹੁਣ ਜੱਜ ਦੇ ਉਹ ਬਾਕੀ ਅਗਲੀ ਰਿਪੋਰਟ ਲੈ ਕੇ ਫਿਰ ਹਾਜ਼ਰ ਹੋ ਜਾਵਾਂਗੇ ਸੋ ਤੱਕ ਲਈ ਧੰਨਵਾਦ ਜੀ